ਬਸ ਓਕੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚੇਅਰਮੈਨ ਸਾਹਿਬ ਕੀ ਕਹੋਗੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੁਹਾਨੂੰ ਪਹਿਲਾਂ ਧੂਰ ਦਾ ਹਲਕਾ ਇੰਚਾਰਜ ਲਿਆ? ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਦਾਸ ਨੂੰ ਅਤੇ ਨਾਲ ਸਾਡੇ ਮੇਰੇ ਛੋਟੇ ਵੀਰ ਦਲਬੀਰ ਢਿੱਲੋਂ ਜੀ ਨੂੰ, ਸਾਨੂੰ ਦੋਨਾਂ ਨੂੰ ਜੋ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੈ, ਦਫ਼ਤਰ ਦੇ ਇੰਚਾਰਜ ਲਾਇਆ, ਉਹਦਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਨਾਲ ਹੀ ਮੈਂ ਯਕੀਨ ਦਿਵਾਉਂਦਾ ਸਮੁੱਚੀ ਪਾਰਟੀ ਨੂੰ, ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਨਾਲ ਹੀ ਯਕੀਨ ਦਿਵਾਉਂਦੇ ਹਾਂ ਅਸੀਂ ਸਾਰੇ ਸਮੁੱਚੇ ਸਾਡੇ ਆਮ ਆਦਮੀ ਪਾਰਟੀ ਵਲੰਟੀਅਰਾਂ ਨੂੰ, ਵਲੰਟੀਅਰ ਸਾਹਿਬਾਨ ਨੂੰ, ਸਾਡੇ ਲੀਡਰ ਸਾਹਿਬਾਨ ਨੂੰ, ਕਿ ਜੋ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ ਮਾਨ ਸਾਹਿਬ ਨੇ, ਅਸੀਂ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ। ਜੋ ਵੀ ਵਰਕਰ ਘਰਾਂ ਦੇ ਵਿੱਚ ਭਾਵੇਂ ਉਹ ਨਿਰਾਸ਼ ਹੋ ਕੇ ਬੈਠਾ, ਪੁਰਾਣੇ ਵਲੰਟੀਅਰ, ਇੱਕ ਇੱਕ ਕੋਲ ਜਾਵਾਂਗੇ, ਉਹਨਾਂ ਨੂੰ ਪਾਰਟੀ ਦੇ ਨਾਲ ਜੋੜਾਂਗੇ ਔਰ ਜੋ 2-2.5 ਸਾਲ ਦੇ ਵਿੱਚ ਮਾਨ ਸਾਹਿਬ ਨੇ ਕੰਮ ਕੀਤੇ ਨੇ, ਉਹਨਾਂ ਬਾਰੇ ਉਹਨਾਂ ਦਾ ਸੁਨੇਹਾ, ਜੋ 2-2.5 ਸਾਲ ਦੇ ਕੰਮਾਂ ਦਾ, ਉਹ ਪਿੰਡ ਪਿੰਡ ਲੈ ਕੇ, ਗਲੀ ਗਲੀ ਮੁਹੱਲੇ ਲੈ ਕੇ ਜਾ ਕੇ ਉਹਨਾਂ ਦੇ ਦੱਸਾਂਗੇ ਕਿ 2 ਸਾਲ ਦੇ ਵਿੱਚ, 2.5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੀ ਕੀਤਾ, ਭਾਵੇਂ ਉਹ ਕਿਸਾਨਾਂ ਦੀ ਬਿਜਲੀ ਦਾ ਮੁੱਦਾ ਹੋਵੇ, ਭਾਵੇਂ ਹਸਪਤਾਲ ਮੁਹੱਲਾ ਕਲੀਨਿਕਾਂ ਹੋਣ, ਭਾਵੇਂ ਸਕੂਲ ਆਫ ਐਮੀਨੈਂਸ, ਭਾਵੇਂ ਹੋਰ ਡਿਵੈਲਪਮੈਂਟ, ਖਾਸ ਕਰਕੇ ਧੂਰੀ ਦੀ ਜਿਹੜੀ ਡਿਵੈਲਪਮੈਂਟ ਹੈ, ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਜੰਗੀ ਪੱਧਰ 'ਤੇ ਧੂਰੀ ਦੇ ਵਿੱਚ ਕੰਮ ਹੋਏ ਨੇ ਅਤੇ ਹੋ ਰਹੇ ਨੇ ਔਰ ਨਾਲ ਹੀ ਯਕੀਨ ਦਿਵਾਉਂਦਾ ਕਿ 2.5 ਸਾਲ ਦੇ ਵਿੱਚ ਮਾਨ ਸਾਹਿਬ ਦੀ ਰਹਿਨਮਾਈ ਹੇਠ ਪੰਜਾਬ ਦੀ, ਖਾਸ ਕਰਕੇ ਅਸੀਂ ਧੂਰੀ ਦੀ ਜਿਹੜੀ ਹੈ ਕਾਇਆ ਕਬ ਬਦਲ ਕੇ ਹੋਊਗੀ। ਸੋ ਇਸ ਅਸੀਂ ਸਾਰੇ ਮੇਰੇ ਵਲੰਟੀਅਰ ਨੂੰ, ਸਾਰਿਆਂ ਨੂੰ, ਮੇਰੇ ਹਲਕਾ ਨਿਵਾਸੀਆਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਕਿਸੇ ਦਾ ਕੋਈ ਕੰਮ ਹੈ, ਸਾਡਾ ਜੋ CM ਸਾਹਿਬ ਦਾ ਆਫਿਸ ਹੈ, ਇਹ ਹਫ਼ਤੇ ਦੇ 7 ਦੇ 7 ਦਿਨ ਖੁੱਲ੍ਹਾ ਹੋਊਗਾ ਔਰ ਸਵੇਰ ਤੋਂ ਸ਼ਾਮ ਤੱਕ ਸਾਡੇ ਅਸੀਂ ਸਾਥੀ ਬੈਠਣਗੇ ਔਰ ਕਿਸੇ ਦੀ ਕੋਈ ਸਮੱਸਿਆ ਉਹ ਲੈ ਕੇ ਆਏ, ਅਸੀਂ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬਾਨ ਦਾ ਜੋ ਉਪਦੇਸ਼ ਹੈ ਪੂਰੇ ਪੰਜਾਬ ਵਾਸੀਆਂ ਨੂੰ, ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਬਣਾਈਏ, ਤਾਂ ਕਿ ਜਿਵੇਂ ਪਹਿਲਾਂ ਦੇਖਿਆ ਕਿ ਪੰਚਾਇਤਾਂ ਦੇ ਵਿੱਚ 1,00,000 ਰੁਪਈਆ ਲਾ ਕੇ ਲੋਕ ਉਹ 1,00,000 ਰੁਪਈਏ ਦਾ ਉਜਾੜਾ ਕਰਦੇ ਨੇ, ਅਸੀਂ ਕਹਿੰਦੇ ਉਹ ਤੋਂ ਬਚਣ ਲਈ ਅਸੀਂ, ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਅਸੀਂ ਅਪੀਲ ਕਰਦੇ ਹਾਂ ਕਿ ਮਾਨ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ 'ਤੇ ਪਹਿਰਾ ਦਿੰਦੇ ਹੋਏ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੁਣ ਕੇ ਲਿਆਈਏ। ਹਲਕਾ ਪਹਿਲਾਂ ਵੀ ਇੱਥੇ ਕੋਈ ਫੰਡਾਂ ਦੀ ਕਮੀ ਨਹੀਂ ਹੈ, ਵਿਕਾਸ ਦੇ ਕੰਮ ਬੜੇ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੇ ਸੀ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਆ ਔਰ ਕੋਸ਼ਿਸ਼ ਕਰਾਂਗੇ ਜਿੰਨੀ ਵੀ ਜ਼ਿੰਮੇਵਾਰੀ ਦਿੱਤੀ ਹੈ ਇਮਾਨਦਾਰੀ ਦੇ ਨਾਲ ਸਾਰੇ ਵਲੰਟੀਅਰਾਂ ਨੂੰ, ਸਾਰੇ ਲੋਕਾਂ ਨੂੰ ਨਾਲ ਲੈ ਕੇ ਕਰਾਂਗੇ। ਤੁਹਾਡੇ ਸਭ ਦੇ ਚੇਅਰਮੈਨ ਸਾਹਿਬ ਖੜ੍ਹੇ ਆ, ਇਹਨਾਂ ਦੀ ਡਿਊਟੀ ਆ ਮੰਡੀਆਂ ਦੇ ਬਾਰੇ, ਮਾਰਕੀਟ ਕਮੇਟੀ ਦੀ ਸਾਰੀ ਦੀ ਸਾਰੀ, ਔਰ ਕਿਸੇ ਨੂੰ ਕੋਈ ਕੱਲ੍ਹ ਵੀ ਪਰਸੋਂ ਵੀ ਮੀਟਿੰਗ ਕਰਕੇ ਹਟੇ ਆ, ਮਾਨ ਸਾਹਿਬ ਨੇ ਵੀ ਉੱਥੋਂ ਸੰਦੇਸ਼ ਦਿੱਤਾ, ਕਿਸੇ ਦੀ ਕੋਈ ਖੱਜਲ ਖੁਆਰੀ ਨਹੀਂ ਹੋਣ ਦਿੱਤੀ, ਨਾ ਆੜ੍ਹਤੀਆਂ ਦੀ, ਨਾ ਲੇਬਰ ਦੀ, ਨਾ ਕਿਸਾਨਾਂ ਦੀ, ਪੂਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਆ, ਜਿੱਥੇ ਕਿਤੇ ਵੀ ਤਕਲੀਫ ਆ ਉੱਥੇ ਪਹੁੰਚ ਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹਲਕੇ ਦੇ ਵਿੱਚ 2 ਵੱਡੀਆਂ ਚੁਣੌਤੀਆਂ ਜਦੋਂ ਤੁਸੀਂ ਹੁਣ ਕੁਰਸੀ 'ਤੇ ਬੈਠ ਰਹੇ ਹੋ ਤੁਹਾਡੇ ਲਈ ਨੇ, ਵੀ ਇੱਕ ਤਾਂ 1 ਤਰੀਕ ਮਤਲਬ ਹੜਤਾਲ ਆ, ਆੜ੍ਹਤੀ ਵੀ ਜਾ ਰਹੇ ਨੇ, ਸ਼ੈਲਰ ਵਾਲੇ ਵੀ ਜਾ ਰਹੇ ਨੇ ਅਤੇ ਮੰਡੀ ਮਜ਼ਦੂਰ ਵੀ ਜਾ ਰਹੇ ਨੇ, ਇੱਕ ਤਾਂ ਇਹ ਵੱਡੀ ਚੁਣੌਤੀ ਹੈ, ਇਹਨੂੰ ਕਿਵੇਂ ਕਵਰ ਕਰੋਗੇ? ਅਤੇ ਦੂਜਾ, ਇੱਕ 96-97 ਦਿਨਾਂ ਤੋਂ ਧਰਨੇ 'ਤੇ ਬੈਠੇ ਨੇ ਕਿਸਾਨ ਆਪਣੇ ਹਲਕੇ ਦੇ ਵਿੱਚ ਪਿੰਡ 'ਚ,
ਅਤੇ ਉਹਨਾਂ ਦਾ ਦੋਸ਼ ਹੈ ਵੀ ਸਾਡਾ ਜਿਹੜਾ ਗਰਿੱਡ ਸੀ ਉਹ ਇੱਕ ਕਿਸੇ ਕੋਈ ਬੰਦੇ ਕਰਕੇ ਇੱਕ ਬੰਦੇ ਕਰਕੇ ਰੋਕਿਆ ਹੋਇਆ। ਇਹ ਦੋ ਵੱਡੀਆਂ ਚੁਣੌਤੀਆਂ ਨੇ ਜਿਹੜੀਆਂ ਕਿਸ ਤਰ੍ਹਾਂ ਮਤਲਬ ਉਹ ਕਰੋਗੇ। ਇਸ ਕਰੋ ਦੂਸਰਾ ਪ੍ਰਬੰਧ ਹੈ ਜੀ, ਉਹ ਤਾਂ ਦੇਖੋ ਪੂਰਾ ਮੁੱਖ ਮੰਤਰੀ ਸਾਹਿਬ ਦੇਖ ਰਹੇ ਆ ਜਿਹੜੇ ਪੰਜਾਬ ਲੈਵਲ ਦੀਆਂ ਚੁਣੌਤੀਆਂ ਨੇ ਉਹਨਾਂ ਨੂੰ ਉਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਰਿਆਂ ਨਾਲ। ਔਰ ਜਿਹੜਾ ਤੁਸੀਂ ਆਹ ਫੁੱਲਰ ਗੇੜੀ ਵਾਲਾ ਲਿਆਂਦਾ, ਅਸੀਂ ਉਹ ਅੱਜ ਬੈਠੇ ਐਗਜ਼ਾਮਿਨ ਕਰਦੇ ਹਾਂ ਉਹਨੂੰ ਕੀ ਨੁਕਸ ਹੈ, ਕਾਹਤੋਂ ਰੁਕਿਆ ਹੋਇਆ, ਔਰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।